ਸਤਿ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਮੈਂ ਸਾਰਿਆਂ ਦਾ ਨਿੱਘਾ ਸਵਾਗਤ ਮੈਂ ਥਾਰਾ ਆਪਣਾ ਲਾਡਾ ਪੁਆਦੀ ਅਰ ਵੀਰ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਵਾਸਤਾ ਮੈਂ ਕਰ ਰਿਹਾ ਸਾਂਝੀਆਂ ਵੀਰ ਅਰ ਬੜੀਆਂ ਖਬਰਾਂ ਕੇ ਵਿੱਚ ਪਹਿਲੀ ਬੜੀ ਖਬਰ ਜਿਹੜੀ ਨਿਕਲ ਆਈ ਵਾ ਲੁਧਿਆਣੇ ਕੀ ਡੁਗਰੀ ਤੇ ਡੋਗਰੀ ਕੇ ਵਿੱਚ ਵੀਰ ਜੋ ਕਹਿ ਲੋ ਭਈ ਜਿਹੜੀਆਂ ਉੱਥੇ ਗਿਆ ਬੀਬੀਆਂ ਪਹਿਣਾ ਤੀਆਂ ਇਹੋ ਸਾਰੀਆਂ ਬਾਲਟੀਆਂ ਚੱਕੀ ਖੜੀਆਂ ਡਾਂਗਾ ਸੋਟੇ ਜੱਕੀ ਖੜੀਆਂ ਹਰ ਬਾਪ ਕਹਿ ਰਹੀਆਂ ਕਾ ਜਿਹੜਾ ਬੰਦਾ ਉਰਾ ਆਇਆ ਨਾ ਵੀਰ ਵੋਟ ਮੰਗਣ ਖਾਤਰ ਆ ਬਸ ਫੇਰ ਸਿਰ ਬਣਾਗਾ ਜਾਵੇਗਾ ਆਪਣਾ ਆਪਣੇ ਸੱਟ ਪੇਟ ਦਾ ਵਾ ਖੁਦ ਜ਼ਿੰਮੇਵਾਰ ਹੋਵੇਗਾ ਇਹ ਉਹ ਗੱਲ ਦੋਗਰੇ ਕੀ ਇਹ ਜਿਹੜੀਆਂ ਉੱਥੇ ਬੀਬੀਆਂ ਪਹਿਣਾ ਦੀਆਂ ਇਹਨਾਂ ਨੇ ਕਰੀ ਵਾ ਇਸ ਕਰਕਾ ਕਿਉਂਕਿ ਵੀਰ ਪਾਣੀ ਨਹੀਂ ਆ ਰਿਹਾ ਬੜੇ ਟਾਈਮ ਦਾ ਔਰ ਮੈਂ ਜਦ ਭਗਵੰਤ ਮਾਨ ਦਾ ਬਿਆਨ ਸੁਣਾ ਭਗਵੰਤ ਮਾਨ ਦੀ ਰੈਲੀਆਂ ਦੇ ਵਿੱਚ ਭਗਵਾਨ ਤਬਾਨ ਕਰਿਆ ਮੈਂ ਤਾਂ ਉਹ ਪਿੰਡਾਂ માં ਵੀ ਪਾਣੀ ਕੱਢ ਤੇ ਆਗਾ ਜਿਹੜੇ ਪਿੰਡਾਂ ਕਦੇ 25 ਸਾਲਾਂ ਦੇ 50 ਸਾਲਾਂ ਦੇ ਪਾਣੀ ਨਹੀਂ ਆਇਆ ਕਿਸਾਨਾਂ ਵਾਸਤਾ ਕਹਾ ਪਾਣੀ ਦਿਲ ਦੇ ਵਿੱਚੇ ਛੱਡ ਤੇ ਆ ਮੋਡਰਾ ਅਰ ਸ਼ੁਰਿਆਂ ਦੇ ਵਿੱਚ ਪਾਣੀ ਆ ਰਿਹਾ ਦੱਸ ਇਹ ਲੁਧਿਆਣਾ ਦੇ ਵਿੱਚ ਲੋਕ ਕਹ ਰਿਹਾ ਗੰਦਰਪੁਰਿਆਣਾ ਪਾਣੀ ਨਹੀਂ ਆ ਰਿਹਾ ਅਰ ਇਸਕਰ ਕਬੀਰੋ ਸਾਰਾ ਚੱਕਰ ਪੈ ਰਿਹਾ ਉੱਥੇ ਦਾ ਜਿਹੜਾ ਐਮ ਐਲ اے ਉਸ ਨੂੰ ਵੀਰੇ ਹੱਥਾਂ ਪੈਰਾ ਦੀ ਪਾਈ ਵੀ ਕੋਈ ਵੋਟਾ ਮੰਗਣੀਆਂ ਵੀ ਵੋਟਾ ਵੀ ਤਾਂ ਹੀ ਮਿਲਣਗੀਆਂ ਜੇ ਅਗਲੇ ਜੋ ਇਸੇ ਕੀ ਪ੍ਰੋਬਲਮ ਦਾ ਹੱਲ ਕਰਾਂਗੇ ਆ ਰਿਸ ਕਰ ਕਾ ਬਿਰ ਜੋ ਕਹਿ ਲਓ ਬਈ ਉਰਾ ਇਹ ਬਹੁਤ ਵੱਡਾ ਚੱਕਰ ਪੈ ਗਿਆ ਵਾਹ ਕਰੇ ਕਾਂਗਰਸੀਆਂ ਨੇ ਨੀ ਗਾ ਇਤਨੇ ਸਾਲਾਂ ਮਾ ਪਾਣੀ ਵਾ ਛੱਡਿਆ ਇਸ ਤੋਂ ਬਾਅਦ ਕਾਲੀਆਂ ਨੇ ਨੀ ਪਾਣੀ ਛੱਡਿਆ ਜੋ ਕਹਿ ਲਈ ਵਿਚਾਰ ਹੋਇਆ ਯਾਨੀ ਮੇਰੇ ਪਾਣੀ ਛੱਡਿਆ ਬੀਬੀਆਂ ਕਹਿ ਰਹੀਆਂ ਫੇਰ ਕਰਨ ਦਾ ਕਰਨ ਆ ਗਿਆ ਫੇ ਮੇਰੀ ਤਾਂ ਯੋਹੀ ਸਲਾਹ ਆ ਰਹੀ ਵੀਰ ਜੇ ਤਿੰਨੇ ਪਾਰਟੀਆਂ ਨੇ ਪਾਣੀ ਨਹੀਂ ਛੱਡਿਆ ਫੇ ਰਾਤ ਕੀ ਬੀਜੇਪੀ ਆਲੇ ਨੂੰ ਪਾ ਦੇ ਬੋਟਾ ਫਿਰ ਕਿਆ ਰਕਮ ਲਗੇ ਫੁੱਲਾਂ ਨੇ ਪਾਣੀ ਛਾੜ ਦੇ ਦੇ ਥਾਰਾ ਇਹੋ ਹੀ ਹੋ ਜਾਣਾ ਵੀਰ ਹੋਰ ਕੋਈ ਹੱਲ ਹੈ ਨਹੀਂ ਕਿਉਂਕਿ ਵੀਰ ਜੋ ਹਾਲਾਤ ਇਸ ਵਕਤ ਪੰਜਾਬ ਮਾ ਬਣੇ ਹੋਏ ਉਸ ਹਿਸਾਬ ਗੱਲ ਤੋਂ ਵੀਰ ਕਿਸੇ ਵੀ ਲੀਡਰ ਕਿਸੇ ਵੀ ਪਾਰਟੀ ਕੋ ਤਬਾਰੇ ਹੈ ਨਹੀਂ ਵੀਰ ਆਰੇ ਨਵਜੋਤ ਸਿੰਘ ਸਿੱਧੂ ਵਾਰ ਹੈ ਇੱਕ ਬਿਆਨ ਨਿਕਲਿਆ ਸਾਹਮਣੇ ਆਇਆ ਵੀਰ ਨਵਜੋਤ ਸਿੰਘ ਸਿੱਧੂ ਪਰਗੜ ਸਿੰਘ ਕੀ ਗੱਲ ਕਰਾਂ ਵੀਰ ਪਰਗੜ ਸਿੰਘ ਨਵਜੋਤ ਸਿੰਘ ਸਿੱਧੂ ਕੋ ਬਹੁਤ ਹਾਸਿਆ ਰ ਇਹ ਬਿਰਤਾ ਪੱਤ ਤਰ ਬੈਠੇ ਪਰਗਰ ਸਿੰਘ ਨੂੰ ਸਵਾਲ ਪੁੱਛ ਰੇ ਆ ਪਰਗਰ ਸਿੰਘ ਨੂੰ ਕਹ ਰਿਹਾ ਵੀ ਨਵਜੋਤ ਸਿੰਘ ਸਿੱਧੂ ਗਾ ਇਹ ਖਲਾਰੀ ਦਾ ਗਾ ਤੁਮ ਮੈਦਾਨ ਛੱਡਦਾ ਦੌੜ ਜਾ ਕਿੱਥਾ ਲੰਘ ਗਿਆ ਆਰ ਫਿਰ ਵਾ ਕਹ ਰਿਹਾ ਕਾ ਵੀ ਨਵਜੋਤ ਸਿੰਘ ਸਿੱਧੂ ਆ ਤੋ ਕਹ ਰਿਹਾ ਕਮੈਂਟਰੀ ਕਰ ਰਿਆ ਆ ਫਿਰ ਪਰਗਟ ਕਹ ਰਿਹਾ ਕਾ ਵੀਰ ਮੈਂ ਤਾਂ ਸਾਂ ਤਨੂ ਕਿਹ ਚੱਕਰ ਪੈ ਗਿਆ ਕਾ ਵੀ ਸਿੱਧੂ ਕੇ ਕਹ ਰਿਹਾ ਅਲੀ ਕੋਰੀ ਢਿੱਲੀ ਬਿਮਾਰ ਹੋਰੇਗਾ ਇਸ ਘਰ ਕਾ ਨਾ ਫਿਰ ਤਾਂ ਖਾ ਉਸ ਕਾ ਜਿਆਦਾ ਧਿਆਨ ਨਹੀਂ ਲੱਗਦਾ ਯੋ ਪ੍ਰਚਾਰ ਵੀ ਵਿੱਚ ਮੈਂ ਸੁਤਾਇਂ ਦੂਰ ਰੱਖਿਆ ਬਈ ਯੋ ਚੱਕਰ ਕੋਈ ਰੁਕੂ ਰਹਾ ਨਹੀਂ ਗਾਈਸ ਔਰ ਯੋ ਗੱਲ ਸੁਣਨੇ ਦੇ ਬਾਅਦ ਨਾ ਮੈਨੂੰ ਨਿਊ ਲੱਗਿਆ ਵੀਰ ਪਰਗਤ ਸਿੰਘ ਵੀ ਦੇਖ ਲਓ ਵੀਰ ਸਿਆਸਤ ਦਾ ਮਹਾਰ ਮਹਾਰ ਬੰਦਾ ਬਣ ਗਿਆ ਵੀਰ ਇਹ ਕਹਿ ਲਊਂਗਾ ਵੀ ਐਟ ਦਾ ਡੇ ਐਂਡ ਯੋ ਕਹਿ ਸਕਾਂ ਬਈ ਪਰਗਤ ਸਿੰਘ ਇਸ ਨੂੰ ਗੋਲਮੋਲ ਯੋ ਟਾਕ ਕਰਨ ਵਾਲੀ ਜਿਹੜੀ ਮੁਹਾਰਤ ਹਾਸਲ ਹੋ ਗਈ ਵੀਰ ਵੀ ਕਿਤਰਾ ਗੋਲਮੋਲ ਗੱਲਾਂ ਕਰਨੀਆਂ ਇਸ ਤਰ੍ਹਾਂ ਕਿਸੇ ਬੰਦੇ ਨੂੰ ਚੱਕਰਾਂਵਾਂ ਪਾਣਾ ਕਿਹੜੇਵਾਂ ਨਹੀਂ ਪਾਣਾ ਇਹ ਪਰਗੜ ਸੀ ਜੀ ਨੂੰ ਕੋਈ ਪੁੱਛੇ ਵੀ ਥਾਂ ਵੀ ਕਮਾਲ ਦਾ ਲੱਗ ਰਹੇ ਹੈ ਔਰ ਕਮਾਲ ਦਾ ਬੰਦਾ ਇਸ ਤਰ੍ਹਾਂ ਬੇ ਜਿਹੜੇ ਬੰਦੇ ਹੀ ਘਾੜੀ ਬਿਮਾਰ ਬਾ ਬੰਦਾ ਇਲੈਕਸ਼ਨ ਦੇ ਵਿੱਚ ਤੋਂ ਹਿੱਸਾ ਲੈ ਨਹੀਂ ਰਿਹਾ ਚਲੋ ਮੰਨ ਗਏ ਪਰ ਬਾ ਬੰਦਾ ਕਮੈਂਟਰੀ ਕਰਨ ਲੱਗੇ ਇਹੋ ਗੱਲੋ ਵੀ ਸ਼ੇਰੋ ਖੈਰੀ ਐਸੀ ਪਰਗੜੇ ਦਾ ਐਸੀ ਐਸੀ ਗੱਲਾਂ ਬਾਤਾਂ ਕੱਢ ਕੱਢ ਕੇ ਲੋਕਾਂ ਨੂੰ ਸੁਣਾ ਰਿਹਾ ਫਿਰ ਹੈ ਇਹ ਵੀ ਦੱਸ ਇਹ 탑ਹਰਿਸ ਕੀ ਕਹਾਣੀ ਨੀ ਬੋਲ ਰਹਾ ਉੱਠਾ ਗਿਆ ਚੱਕਰ ਯੋ ਵੀ ਦੱਸ ਪਰ ਮੰਨੂ ਵੀਰ ਨਿਉ ਲੱਗ ਰਿਹਾ ਕਿ ਪਰਗਟ ਸਿੰਘ ਨੇ ਇਹ ਸਾਰੀ ਗੱਲ ਖ ਕਲੀਅਰ ਨਹੀਂ ਦੱਸੀ ਆ ਰਿਓ ਇਲੈਕਸ਼ਨ ਆਦੇ ਬਾਅਦ ਯੋ ਵੀ ਨਹੀਂ ਪਤਾ ਮੇਰੇ ਯੋ ਸਿੱਧੂਨ ਪਾਈ ਯੋ ਬੀਜੇਪੀ ਆਇਆ ਨਾ ਸੈੱਟ ਕਰਾ ਮਿੱਤ ਸਾਗਾ ਛੋਕ ਰਾਇਦਾ ਵੀਰੋ ਇਰਕਟ ਬੋਰਡ ਮੈ ਇਸ ਨੂੰ ਲਾ ਆਵਾਂ ਲੰਬੜਦਾਰ ਇਸਕੇ ਕਹਿਣੇ ਤੇ ਬਿਨਾ ਕੋਈ ਬੰਦੇ ਨੂੰ ਅੰਦਰ ਨਹੀਂ ਕਰਦੇ ਵਾ ਇਰਕਟ ਵਾਲੇ ਗਰਾਊਂਡ ਵਾ یہ اس نے کہہ تے ابھی اسنو کھلانا تے کھلانا یہ کہہ دائی سن نہیں کھلانا پھر جو مرضی ہو جائے پھر واہ بندے نے ویرا واں کدے نہیں کھلانتے ای وی پتہ نہیں وی تاہ یہ بی جے پی والے نا ہا تو ویرا کڑے چکراں پے رہیاں آو کمنٹری کروڑا کرکٹ گیا گا پورا چھی کے چوکیں گلاں کر آو اُتا راجدی تے کیا لینا ویرا ہن اُدھر دیکھ رہے ویرا کانگریس ایک تو اپنا ہی میچ پھسیا رہا سندھو آ جا یو پرتاب واجوا یو مطلب چک لیا سر ਦਰਦਾਵਾ ਸੁਖੀ ਜੋ ਕਹਿ ਰਿਹਾ ਵੀ ਸਿੱਧੂ ਨਹੀਂ ਆਣਾ ਰਿਹਾ ਜਾਈਦਾ ਅਰ ਹੋਰ بڑے ਬੰਦੇ ਇਸ ਤਰ੍ਹਾਂ ਦੇ ਜਿਹੜੇ ਵੀ ਸਿੱਧੂ ਤੇ ਲਗਾ ਮਤਲਬ ਕਹਿਣ ਦਾ ਭਾਵ ਇਹੋ ਵੀ ਇਨਕੀ ਤੋਂ ਆਪਸ ਵਿੱਚ ਨਹੀਂ ਪਾੜਤੀ ਕਿਰ ਕਿਸੇ ਗੱਲ ਕਾ ਬਣਨੀ ਆ ਸਿੱਧੂ ਵੀ ਸਿਆਣਾ ਲੱਗ ਰਿਹਾ ਮੈਨੂੰ ਸਿੱਧੂ ਨੇ ਸੋਚਿਆ ਵਿਚਾਰਦਾ ਜਿੱਠਾ ਇਹ ਇਤਨੀ ਦੇ ਸਿਆਸਤ ਮਾਰਾ ਇਹ ਉੱਥਾ ਬਣਿਆ ਤਾਂ ਕੁਛ ਨਹੀਂ ਫਿਰ ਉੱਧਰ ਤਾਂ ਹੋਈ ਉਹ ਗੱਲੋ ਵੀ ਜਿੱਦ ਦਾ ਸਿੱਧੂ ਗਿਆ ਇਹੋ ਛੱਡ ਗਾ ਜਿਉ ਉਹਦਾ ਇਸ ਕਾ ਇਹੋ ਕਹਿਣਾ ਇਹ ਹਾਸੀ ਹਾਸੀ ਢਾਠੀਆਂ ਵਾਲਾ ਪ੍ਰੋਗਰਾਮ ਉਹ ਕਪਲ ਸਰਮੇਗਾ ਉਦਰਾ ਆਬਰ ਸਰਮਾ ਰੋਡ ਰਿਆ ਵਿਚਾਰਾ ਉਥਾ ਐਮਾਜਨ ਪ੍ਰਾਈਮ ਆਇਆ ਨਾ ਕਰਿਆ ਦਾ ਇਸਕਾ ਦੋ ਤਿੰਨ ਐਪੀਸੋਡ ਜੇ ਕਰ ਕਾ ਉਹਨੇ ਵੀ ਹੱਥ ਘੜੇ ਘਰ ਤੇ ਆ ਫਿਰ ਬੜਤੀ ਨਹੀਂ ਗੱਲ ਕੀ ਆਖਣਾ ਵੀ ਉਹ ਪਾਸਰਾ ਸੀ ਕਦੇ ਵਾਹ ਵਿਚਾਰੇ ਆਸਾਸਾ ਉਸਕੇ ਕੱਪੜੇ ਤੋਂ ਵਣ ਲੱਗ ਗਿਆ ਵੀਰਾ ਪੱਲ ਪਾਣੀ ਨਹੀਂ ਫੇਰਾ ਜੀ ਇਸ ਕਰ ਕਾ ਕਹਿ ਲਓ ਵੀਰਾ ਸਿੱਧੂ ਨੇ ਬਹੁਤ ਵਧੀਆ ਟਾਈਮ ਪਾ ਆਪਣਾ ਫੈਸਲਾ ਜਿਹੜਾ ਲੈ ਲਿਆ ਇਹੋ ਕਹਿ ਸਕਦਾ ਵੀ ਤਾਂ ਹੀ ਸਿੱਧੂ ਕੇ ਰਈ ਵਾ ਉਥਾ ਕਮੈਂਟਰੀ ਕਰ ਲੱਗ ਗਿਆ ਵੀਰਾ ਹਰ ਕਹਿ ਰਿਹਾ ਵੀ ਕਮੈਂਟਰੀ ਕਰ ਕਾ ਕੰਮ ਜਿਆਦਾ ਸਖਾਲਾ ਇਸ਼ੀ ਕਰਦਾ ਕਰ ਰਿਹਾ ਮਨ ਤਾਂ ਨਿਉ ਲੱਗ ਰਿਹਾ ਵੀਰ ਮਤਲਬ ਇਹੋ ਗਾ ਲਓ ਵੀ ਪੰਜਾਬ ਦੇ ਜਿਤਨੇ ਲੀਡਰ ਸਿਆਸਤਦਾਨ ਇਹਨਾਂ ਕੋ ਕੁਛ ਨਹੀਂ ਪਤਾ ਲੱਗਦਾ ਵੀਰ ਔਰ ਜਨਤਾ ਕੀ ਦਾਲਤਾਂ ਪੇਸ ਹੋਇਆ ਨਿਉ ਚਾਰਨਜੀਤ ਚੰਨੀਸ ਨੂੰ ਕੋਣ ਨਹੀਂ ਜਾਣਦਾ ਚਮਕੌਰ ਸਾਹ ਵਾਲਾ ਇਹ ਕੁਅੱਦੀ ਇਹ ਉਹ ਬੀ ਉੱਠ ਗਿਆ ਜੀ ਰੇਂਦਰ ਬਹੁਤ ਤਾਲੀਆਂ ਵਜੀਆਂ ਔਰ ਉਥੇ ਪੱਤਰਕਾਰਾਂ ਜੀ ਥਾਂ ਤੇ ਤਾਲੀਆਂ ਬਹੁਤ ਮਰਵਾ ਦੀਆਂ ਗਾ ਇਹੋ ਬੱਲੇ ਬੱਲੇ ਕਰਾ ਦੇਗਾ ਥਾਂ ਤੋਂ ਯੋ ਨਵਜੇ ਪੜ ਗਏ ਔਰ ਚੰਨੀ ਜ਼ਾਰਾ ਵੀ ਜਿੱਤਣ ਦਾ ਮੈਂ ਆਇਆ ਨਾ ਉਰਾ ਆਹ ਮੈਂ ਤੂਰਾ ਦੇਖਿਆਗਾ ਬਹੁਤ ਬੁਰਾ ਹਾਲ ਹੋ ਰਹਾ ਇਤਨਾ ਬੁਰਾ ਹਾਲ ਨਸਾ ਬਿਗਰੇਗਾ ਥਿਆਰੇ ਪਾਸ ਸੱਟਾ ਖੇਲਦੇ ਲੋਗ ਉਰਾ ਨਜ਼ਾਰੇ ਵੱਧ ਰਹੇ ਆ ਵੀਰ ਜਵਾਨੀ ਗਲ ਗਈ ਕਾ ਇਤਨਾ ਚਿੱਟਾ ਪੜਿਆਗਾ ਇਹ ਕੁਆਡ ਆਫ ਕੰਡਕਟ ਲੱਗਿਆਗਾ ਆਪ ਪੂਣਸਾੜੇ ਹੱਥੋਗੇ ਢਿੱਲੇ ਇਸ ਕਰਾ ਪੂਣਸਾੜੇ ਚੱਕਲੇ ਬੰਦੇਗਾ ਭੁੱਕੀ ਟਰੱਕ ਪੜਿਆ ਝੋ ਫੜਿਆ ਵਾ ਫੜਿਆ ਆਰ ਕਾ ਜਿੱਦਣ ਮੈਂ ਬਣਗਾ ਨਾ ਸੇਵਾਦਾਰ ਬਣ ਕਾ ਚਮਕੌਰ ਸਾਹ ਵਾਲੇ ਤੇ ਵੀ ਚੱਲੇ ਆਣੇ ਚਲੋ ਹੀ ਵਾ ਜਲੰਧਰ ਵਾਲੇ ਕਾ ਬਹੁਤ ਪਿਆਰ ਕਰਦੇ ਅਰਬਿੰਦ ਮੰਨੂ ਇੱਕ ਬਾਦ ਨਹੀਂ ਸਮਝ ਮਾਈ ਚੰਨੀ ਸਾਹਿਬ ਕੀ ਚੰਨੀ ਕਹਿੰਦਾ ਕਹਾ ਵੀ ਜਲੰਧਰ ਦੇ ਵਿੱਚ ਮਨ ਦਾ ਸਾਹ ਬੰਦ ਕਰਾ ਦੇਗਾ ਇਹੋ ਕਰ ਦੇਗਾ ਬਾਕਾਰ ਦੇਗਾ ਚਿੱਟਾ ਬੰਦ ਕਰਾ ਦੇ ਇਹ ਵੀ ਇਸ ਨੂੰ ਕੋ ਪੁੱਛੇ 5 ਸਾਲ ਤੇਰੀ ਵੀ ਤਾਂ ਸਰਕਾਰ ਤੇ ਵੀ 10 ਥਾਣੇ ਜਦ ਕਿਹੜੇ ਲੱਲ ਲਾ ਦੇ ਇਹ ਸੁਮਨ ਅਰੇ ਆ ਕੋਸ ਥਾਣਾ ਉਸ ਨਹੀਂ ਕਰਿਆ ਵੀਰ ਨਸ਼ਾ ਹੋਇਆ ਬੰਦ ਕੈਪਟਨ ਬ੍ਰਿੰਦਰ ਸਿੰਘ ਕਹਿੰਦਾ ਕਹਾ ਵੀ ਇਹ ਕਹ ਦੱਕਾ ਦੂਰਾ ਕਰ ਕਰ ਕਹ ਕੈਪਟਨ ਬ੍ਰਿੰਦਰ ਸਿੰਘ ਨੇ ਐ ਮੱਥੀਵਾ ਗੁੱਟ ਦਾ ਸਾਫ ਲਾਂ ਕਾ 100 ਚੱਕੀ ਚੰਨੀ ਸਾਹਿਬ ਉਸ ਟਾਈਮ ਥਾਂ ਮੋ ਬਜ਼ਾਰਤਾਂ ਤੇ ਮੁੱਖ ਮੰਤਰੀ ਆ ਗਏ ਫਿਰ ਨਸਾ ਬਾਂਦਰੀ ਆਰ ਜਾਦ ਜੋ ਕਹਲੋ ਵੀ ਆਫਰਾਂ ਮਿਲ ਰਹੀਆਂ ਜੇ ਥਾਨੂੰ ਕੋਸੀ ਕੋਸੀ ਉਪਰ ਆਰ ਜਾਦ ਥਾਂ ਮੋ ਮੁੱਖ ਮੰਤਰੀ ਜਾਦਵੀ ਥਾਰਾ ਇੱਕ ਆਈਪੀਐਸ ਕੁੜੀ ਗਾ ਚੱਕਰ ਪੈ ਗਿਆ ਇਹ ਵੀ ਜੋ ਕਹਲੋ ਵੀ ਕਿਤੇ ਨਾ ਕਿਤੇ ਇਹ ਸਵਾਲ ਇਨਸਾਨ ਕੇ ਵਿੱਚ ਆ ਗਿਆ ਚਲ ਜੀ ਚੰਨੀ ਇਹ ਦੇਖੋ ਚੰਨੀ ਕਹਿ ਤੋ ਰਿਹਾ ਗਾ ਵੀਰ ਮੈਂ ਕਰ ਦਿਆਂਗਾ ਸਾਰੀ ਗੱਲ ਵਾ ਸੈਟ ਹੀ ਨਾਗੀ ਪਰ ਮੈਨੂੰ ਲੱਗਦਾ ਨਹੀਂ ਵੀ ਉਹ ਕੰਮ ਸੈਟ ਹੋ ਜਾਏਗਾ ਆਰ ਉਧਰ ਯੋਗ ਅਲੋਵੀਰ ਯੋ ਜਿਹੜਾ ਯੋ ਮਤਲਬ ਚਰਨਜੀਤ ਚੰਨੀ ਇਸਨੇ ਯੋ ਗਿਆ ਕਾਬਿਰ ਮੈ ਥੰ ਮੰਨੋ ਜਿਤਾਉ ਆ ਮੈਨੂੰ ਜਿਦਾਗਾ ਉਥਾ ਪਾਰਲੀਮੈਂਟ ਵਿੱਚ ਜੁਗਾ ਉਥਾ ਜਾਗਾ ਫਿਰ ਮੈਂ ਕਰਾਇਨਗਾ ਸਾਰਾ ਕਾਮਗਰ ਸੂਤ ਆਰ ਉਧਰ ਹਾਂਸਰਾਜ ਹਾਂਸ ਈਸ਼ ਕੇ ਬਿਆਨ ਦੇ ਉਪਰ ਰੌਲਾ ਪੈ ਗਿਆ ਕੱਲ੍ਹ ਕਹ ਰਾ ਤਰਾ ਯੋ ਕਹ ਪੀ ਨੰਬਰ ਨੋਰ ਲਓ ਗਾ ਇਕ ਤਰੀਕੇ ਦਾ ਬਾਤ ਕਾ ਦਸਾਂਗਾ ਇਹਨਾਂ ਸਾਰਾ ਹਿਸਾਬ ਕਾ ਸੈਕਟਿੰਗਾ ਯੋ ਇਹਦੇ ਪਾਵੇਂਗਾ ਨਾ ਬਜਾਣਾ ਤਾਗਾ ਯੋ ਉਤਾਰਨਾ ਆਤਾਗਾ ਪਾਣੀ ਵਾਟਾਂ ਹੋਰ ਬੜੀਆਂ ਚੀਜ਼ਾਂ ਕਰਦਾ ਅੰਗਲਾ ਦੇ ਇਹਨੂੰ ਕਰਦੇ ਵਾਹ ਕਰ ਦੇਗੇ। ਅਰ ਕਿਸਾਨਾਂ ਨੂੰ ਤਾਂ ਕਿਤੇ ਆਮ ਆਦਮੀ ਪਾਰਟੀ ਬੰਦਾ ਗਿਆ। ਫਾਇਕ ਯੋ ਚੌਣਕ ਮੀ ਸਾਹ ਆਈਓ ਦੇ ਖੋਜ ਗਸਾਰੇ ਆਂਦਾਂ ਕਿੰਦੇ ਰੇ? தாம் ਕਰਕੇ ਆ ਰਹੇ। ਇਹ ਨੋਟਿਸ ਕਰ ਲੀ ਖਬਰਾਂ ਆਮ ਵੀ ਇਹੋ ਤਾਂ ਕਹਿ ਰਿਹਾ ਆ ਆਪੇ ਚੱਕ ਦੇਗੇ ਪੱਤੇ ਦਾ। ਯੋ ਗਲਤ ਬਾਤ ਆ। ਅਰ ਫੇਰ ਉਹ ਤਾਂ ਪੱਤਰਕਾਰ ਪਹੁੰਚ ਗਏ ਮੇਰਾ। ਯੋ ਹਾਂਸਰਾ ਆਨੰਦ ਵੀ ਉਹ ਕਿਸ ਬਤੇ ਖਰਾਬ ਚਾਰੇ ਜੀ। ਜਿਸ ਤਰ ਜਾ ਰਹਾ ਉਧਰ ਹੀ ਦੇਖ ਲੈ ਬੜੇ ਬੜੇ ਸਪੀਕਰ ਨੇ ਕਾ ਪਹੁੰਚ ਜਾ ਸਾਰੇ ਜ਼ਿੰਮੇਦਾਰ ਕਿਸਾਨ ਆ ਰਿਹਾ। ਇਹ ਯਾਰ ਉਸ ਦਾ ਰਾਤੀ ਦਾ ਬਿਰੋਧ ਕਰਾਂ ਪਰ ਵੀ ਗਾਲਾਂ-ਉਗਾਲਾ ਕੱਢਣੀਆਂ ਮਾੜੀ ਗੱਲ ਗਾਲਾਂ ਕਦੇ ਵੀ ਨਾ ਕਿਸੇ ਨੂੰ ਕੱਟੋ ਦੋਸਤ ਨੂੰ ਵੀ ਨਾ ਗਾਲ ਕੱਢੋ ਵੀਰ ਅਰ ਖਾਸ ਕਰਕੇ ਤੇ ਪਿੰਡਾਂ ਤੋਂ ਗਾਲ ਵੈਸੀ ਵੀ ਨਾ ਕੱਢਣੀ ਯਾਦੀ ਵੀਰ ਇਹ ਕੱਡੀਆਂ ਕਿਸੇ ਬਾਤ ਚੰਗੀ ਗੱਲ ਨਹੀਂ ਪਰ ਉਧਰ ਵੀਰ ਈਬ ਕਹਿ ਲਿਓ ਫਕੀਰ ਦਾ ਅਸਲੀ ਰੰਗ ਨਜ਼ਰ ਆ ਗਿਆ ਫਕੀਰ ਜਿਹੜਾ ਕਰਦਾ ਮੈਂ ਤਾਂ ਫਕੀਰ ਕਾ ਮੈਨੂੰ ਤਾਂ ਕਾ ਆਪਣਾ ਪਤਾ ਕਾ ਸਾਰਾ ਕੁਸ ਸਾਰੀ ਸੈਟਿੰਗ ਕਾ ਪਤਾ ਮੈਨੂੰ ਵਾ ਅਰ ਵੀਰ ਈਬ ਕਲੀਅਰ ਹੋ ਗਿਆ ਵੀ ਆਮ ਆਦਮੀ ਪਾਰਟੀ ਮਤਲਬ ਇਹ ਜੋ ਜਿਹੜੇ ਪੰਜਾਬ ਦੇ ਵਿੱਚੋਂ ਮੌਜੂਦਾ ਸਰਕਾਰ ਇਹ ਕਹਿ ਰਿਹਾ ਵੀਰ ਕਾ ਵੀ ਆਮ ਆਦਮੀ ਪਾਰਟੀ ਵਾਲੇ ਕਰ ਰਹੇਗਾ ਸਾਰਾ ਚੱਕਰ ਕਾ ਮੇਰੇ ਬੰਦੇ ਤੇ ਤਾਂ ਮੇਰੇ ਪਾ ਵਿਰੋਧ ਕਰਨ ਵਾਸਤਾ ਵੀ ਇਸ ਨੂੰ ਇਸ ਦਾ ਵਿਰੋਧ ਕਰ ਜਾਗਾ ਹਰ ਹੰਸ ਰਾਜ ਹੰਸ ਐਮਪੀ ਬਣਨ ਤੇ ਪਹਿਲਾਂ ਹੀ ਆ ਕਰ ਰਿਹਾ ਵੀਰ ਇਹ ਐਮਪੀ ਬਣਨ ਦੇ ਪਹਿਲਾਂ ਹੀ ਇਤਨੀ ਅਕੜਾ ਕੱਢ ਰਿਹਾ ਵੀਰ ਇਤਨਾ ਅਕੜਾ ਕੜ ਕੇ ਦਿਖਾ ਰਿਹਾ ਵੀਰ ਜੇ ਕੱਲੋ ਜਿੱਤ ਗਿਆ ਇਹੋ ਤਾਂ ਨਹੀਂ ਵੀ ਰਗੇ ਸੀ ਨੂੰ ਹੱਥ ਫੜਾਂਦਾ ਫਿਰ ਉਸਾ ਸਾਬ ਗੱਲ ਤਾਂ ਫਿਰ ਬਹੁਤ ਔਖਾ ਆਰ ਵੀਰ ਕੀ ਸੀ ਕਰ ਕਾ ਵੀਰ ਇਹ ਲੁਧਿਆਣੇ ਵਾਲੇ ਬੰਦੇ ਘਰੇ ਕਾ ਵੀ ਇਸ ਕੇ ਵਿੱਚ ਮਾਂਗਾ ਵੀ ਕੋਈ ਨਾ ਕੋਈ ਸੈਟਿੰਗ ਕਰਨੀ ਪਵੇਗੀ ਅਰ ਅਨਸਰਾ ਜਾਨਸਵੀਰ ਇਹ ਉਥਾ ਫਰੀਦਕੋਟ ਕੇ ਵਿੱਚਾਂ ਬੇਸ਼ੱਕ ਪ੍ਰਚਾਰ ਕਰ ਰਿਆ ਅਰ ਪ੍ਰਚਾਰ ਕੇ ਵਿੱਚਾਂ ਬੇਸ਼ੱਕ ਉਸ ਨੂੰ ਨਹੀਂ ਸਫਲਤਾ ਮਿਲ ਨਹੀਂ ਰਹੀ ਜਿੰਨੀ ਚਾਹੀਦੀ ਵੀਰ ਪਰ ਵਾਗ ਆ ਰਿਹਾ ਪਸਵੇਰੀ ਆ ਜਾ ਆਪਾਂ ਨਾ ਇਸ ਕੇ ਉੱਪਰ ਵਿਚਾਰ ਕਰਦੇ ਕੋਈ ਕਾ ਵੀ ਜਦ ਵੀ ਦੀ ਲ ਕਰ ਆਪਾਂ ਤੋਂ ਕਾ ਵੀ ਹਮਨੇ ਟਾਈਮ ਗੇ ਲਿਆਗਾ ਪ੍ਰਚਾਰ ਸ਼ੁਰੂਕਾਰ ਦੇ ਕਾ ਪ੍ਰਚਾਰ ਆ ਪਾ ਕਰਨਾ ਲੋਕ ਕਾ ਬਹੁਤ ਪਿਆਰ ਕਰ ਰਹੇ ਕਿਸਾਨ ਕਾ ਮੈਨੂੰ ਬਹੁਤ ਪਿਆਰ ਕਰਾਂ ਕ ਕਿਸਾਨਾਂ ਨੂੰ ਮੋਦੀ ਜੀ ਨੇ ਬਹੁਤ ਕੁਛ ਦੇ ਦਿੱਤਾ ਹਰ ਪਤਾ ਨਹੀਂ ਕਿਹੜੇ ਕਿਹੜੇ ਸਾਨੂੰ ਕੀ ਆ ਕਿ ਕੁਛ ਦੀਆ ਜੀ ਉਹ ਤਾਂ ਫਿਰ ਹਾਲੇ ਕਨਫਰਮ ਨੂੰ ਵੀ ਨਹੀਂ ਪਤਾ ਲੱਗਿਆ ਪਰ ਕਹਰੇ ਵੀ ਮੈਂਬੋ ਜੀ ਨੇ ਬਹੁਤ ਕੁਛ ਦੇ ਦਿੱਤਾ ਇਸ ਕਾਰ ਕਾ ਗਾਬ ਆ ਜੀ ਜੋ ਜਲਾਣਾ ਦੂਸਰੀ ਪਾਰਟੀਆਂ ਨੇ ਵੀ ਜੋ ਇਸ ਨੂੰ ਕਾ ਬੋਟਾ ਪੈ ਜੀ ਬੋਟਾ ਪੈ ਜੀ ਚਲੋ ਘਰ ਅਸੁਖਵਾਲ ਕਹਰੇ ਹੱਕ ਮੌਸ ਕੀ ਨੂੰ ਆ ਗਈ ਫਿਰ ਨੋ ਗਰੇਗਾ ਮੇਰਾ ਤਾਂ ਕਾ ਪਿੰਡ ਮੇਰਾ ਸਹਿਰ ਗਾਇਓ ਪਾਪਾ ਦੀ ਗौरा ਖੜੇਗਾ ਪਾਪਾ ਜੀ ਕਰਾਵੇਂਗੇ ਬੱਲੇ ਬੱਲੇ ਦਾ ਸੰਗਰੂਰ ਕੀ ਅਸਬਿਰੂਰੇ ਸੀਟ ਦੇ ਉੱਪਰ ਵੀ ਆਗਾਉ تھا ਇਹਨੇ ਮਾਰੇ ਚੰਗੇ ਦਬ ਕੇ ਫਿਰ ਕਾਂਗਰਸ ਨੂੰ ਮੌਕਾ ਦਿਓ ਅਰ ਖੈਰਾ ਵੀਰ ਵਾ ਬੰਦਾ ਮਤਲਬ ਹੀ ਤੱਥਾ ਕੇ ਧਾਰ ਪਰ ਪਰ ਖੈਰੇਗਾ ਜੋ ਮਤਲਬ ਇੱਕ ਪੰਗਾ ਹੋ ਜਾ ਫਿਰ ਇਹ ਟਾਈਮ ਦੇਗਾ ਥੋੜੀ ਫਿਰ ਬਾਅਦੇ ਪਾਰਟੀ ਬਦਲ ਜਾ ਫਿਰ ਜੋ ਚੱਕਰ ਥੋੜਾ ਜਿਹਾ ਪੈ ਰਿਹਾ ਹੈ ਇਸका ਫਿਰ ਹੋਰ ਤਾਂ ਚਲੋ ਬਾਕੀ ਤਾਂ ਠੀਕ ਹੈ ਹੈ ਆਹ ਅਗਲੀ ਵੋਟਾਂ ਉਹ ਪਤਨਜੀ ਵੀ ਇਹ ਹਾਰ ਗਿਆ ਜਿਉ ਵੀ ਨਹੀਂ ਪਤਾ ਫਿਰ ਫਿਰ ਅਗਲੀ ਵਾਰ ਹੋਰ ਪਾਰਟੀ ਨਾਲ ਲੱਗ ਜਾ ਕਿਸੇ ਮਾ ਇਹ ਤਬਾਰ ਕੋਈ ਨਹੀਂ ਵੀਰ ਇਹੋ ਬਾਤ ਮੰਨਣੀ ਪਵੇਗੀ ਔਰ 25 ਸਾਲ ਕਾਂਗਰਸ ਦੀ ਸਰਕਾਰ थी ਕਾਂਗਰਸ ਨੇ ਕੀ ਆ ਕਰਿਆ ਇਹਦੇ ਲਈ ਰਾਹੁਲ ਗਾਂਧੀ ਵਿਚਾਰਾ ਉਹ ਆ ਵੀ ਮਿੱਠੀ ਸੀਟ ਛੱਡ ਗਿਆ ਸਮ੍ਰਿਤੀ ਰਾਨੀ ਦਾ ਪੁਰਾ ਪੀਖਿਆ ਨਹੀਂ ਵੇਖਾਰਾ ਮੈਂ ਜਾ ਰਿਹਾ ਜੀ ਜਾ ਰਿਹਾ ਇਹ ਵਾ ਵੀ ਉੱਥਾ ਚਲੇ ਗਿਆ ਚਲੋ ਖੈਰ ਅਰੁਧਾ ਸੁੱਚਾ ਸਿੰਘ ਲਗਾ ਕਰਾਂ ਮੈਂ ਬੜਾ ਤਮਾਕਾ ਕਰਨਾ ਬੜਾ ਤਮਾਕਾ ਕਰਨਾ ਮੈਂ ਤਾਂ ਸੁੱਚਾ ਸਿੰਘ ਲਗਾ ਕੇ ਹੀ ਸਮਝ ਮੰਨਦੀ ਵੀਰਾ ਬਈ ਯੋ ਇਹ ਵੀ ਇਸਨੇ ਹੋਰ ਕਿਹੜਾ ਤਮਾਕਾ ਕਰਨਾ ਦੱਸ ਹੈ ਤਮਾਕਾ ਨੂੰ ਕਰ ਲਿਆ ਇਸ ਇਸ ਕੇ ਮਨਟੇਨੈਂਸ ਤੇ ਬੜਾ ਤਮਾਕਾ ਕਰ ਤੇ ਸੁੱਚੇ ਲਗਾ ਕੇ ਛੁਗਰੇ ਨੇ ਕਹੇ ਜੀ ਤਮਾਕਾ ਕਰਨਾ ਤਮਾਕਾ ਕਰਨਾ ਸੁੱਚਾ ਲੰਗਾ ਯੋ ਪਹਿਲਾਂ ਵੀ ਦੇਖ ਲਓ ਵੀ ਤਮਾਕੇ ਕਰ ਕਰ ਕੇ ਇਸ ਸੋਮਣੀ ਕਾਲੀ ਵਰਗਾ ਯੋ ਕਿਆ ਹਾਲ ਬਣਾ ਦਿਆ ਵੀਰਾ ਸਿਆਣਾ ਬੇਣਾ ਬੰਦਾ ਜਿਹੜੇ ਇਹ ਵੀਡੀਓ ਨੂੰ ਦੇਖ ਰਹੇ ਜਿਸ ਤਰ੍ਹਾਂ ਚਲੋ ਵੀਡੀਓ ਜਿਸਨੂੰ ਅਦਾਲਤ ਨੇ ਵੇਚ ਕੇ ਕਹਦੇ ਆ ਰਾਬੀ ਇਹੋ ਇਸ ਦਾ ਕਸੂਰ ਹੈ ਨਾ ਪਰ ਵੀਰ ਅੱਖਾਂ ਦੇਖੀ ਚੀਜ਼ ਨੂੰ ਫਿਰ ਆਪਾਂ ਅੱਖੋਂ ਬਰੋਖੇ ਵੀ ਨਹੀਂ ਕਰ ਸਕਦੇ ਫਿਰ ਇਹੋ ਗੱਲ ਮੰਨਣੀ ਪਵੇ ਤਾਨੂੰ ਜਿਹੜੀ ਚੀਜ਼ ਅੱਖਾਂ 'ਗੇ ਮੋਰਨ ਲੰਘ ਗਈ ਫਿਰ ਵਕ ਥਾ ਨਿਕਲਿਆ ਫਿਰ ਅੱਖਾਂ ਮਾਰੇ ਆਰ ਬਾਅਦ ਇਸ ਕਰਕੇ ਗੈਲੋ ਵੀਰ ਅਖਾਲ ਤੱਕ ਸਭ ਤੇ ਇਸ ਨੂੰ ਪੰਤ ਦੇ ਸੇਕ ਤੇ ਆਈ ਵਿਚਾਰਾ ਤਰਲੂ ਮੱਛੀ ਹੋ ਰਿਹਾ ਆ ਬੰਨੂ ਕਰਾਓ ਜੁਆਇਨ ਔਰ ਕੱਲ ਵੀ ਮੈਂ ਦੱਸਿਆ ਜੇ ਤੇਰਾ ਕਾਲੂ ਕਰ ਰਿਹਾ ਤਾਂ ਕਾਬਿਰ ਕਾ ਸੁਖਵੀਰ ਬਾਦਲ ਵੀ ਵਗਿਆ ਖਾਜੀਸ ਨੂੰ ਕਹਾ ਆ ਦੋ ਮੌਕਾ ਕਾ ਪਾਰਟੀ ਵਿੱਚ ਗਾ ਵੀ ਉਹ ਪਾਪੇ ਦਾ ਬਾੜੀ ਦਾ ਪੱਕਾ ਪਾਪੇ ਦਾ ਯਾਰ ਹੋਣ ਕਰਕੇ ਸਾਰਾ ਚੱਕਰ ਪੈ ਰਿਆ ਔਰ ਉਧਰ ਵੀ ਰਵਨੀਤ ਬਿੱਟੂ ਬਿਆਨ ਤੱਕ ਪੁੱਤੇ ਦੀ ਵੀਡੀਓ ਲੀਕ ਹੋ ਗਈ ਬਿਨ ਆਡੀਓ ਲੀਕ ਕਰਤੀ ਇਸ ਨੇ ਇਹ ਜਿਹੜੇ অলਰੈਡੀ ਪਹਿਲਾਂ ਵੀ ਬਹੁਤ ਲੀਕਿੰਗ ਕੇਸਾਂ ਦੇ ਵਿੱਚ ਮੁਰਿਆਇਆ ਕਰਤੇ ਇਹ ਲੀਕਿੰਗ ਕੇਸ ਮਤਲਬ ਕਿ ਉਹ ਬੈਂਸ ਭਰਾ ਲੁਧਿਆਣੇ ਵਾਲੇ ਕਾਂਗਰਸ ਪਾਰਟੀ ਮਾ ਆਏ ਵੀਰਾਂ ਨਾਲ ਸਾਰੀ ਇਹਨਾਂ ਨੇ ਬੜਾ ਤਮਾਕਾ ਕਰਦਾ ਰਵਨੀਤ ਬਿੱਟੂ ਕੀ ਵੀਡੀਓ ਲੀਕ ਕਰਤੀ ਵੀਰ ਵੀ ਇਹ ਬਿੱਟੂ ਕਰਾ ਆਇਓ ਮੈਨੂੰ ਟਿਕਟ ਦੱਦੇ ਵੀਰ ਬਹੁਤ ਬੋਲ ਰਿਹਾ ਵੀ ਇਹ ਸਾਰੀ ਸਾਰੀ ਵੀਡੀਓ ਨੇ ਚਾਕਾ ਡੈਟ ਵਾ ਪਾਦੀ ਇਹ ਬਿੱਟੂ ਨੇ ਸਮਝ ਬਾ ਨਹੀਂ ਆ ਰਿਹਾ ਵੀਰ ਇਹ ਬਿੱਟੂ ਵੀ ਕਹਾ ਮੇਰੀ ਆਵਾਜ਼ ਬਦਲਤੀ ਮੇਰੀ ਆਵਾਜ਼ ਮਿੱਠਾ ਕਰਤੇ ਉਸ ਤਰ੍ਹਾਂ ਕਰਤਿਆ ਔਰ ਯੋ ਗੈਲੋ ਵੀਰ ਬੌਸ ਕੀ ਮਾਲ ਆ ਰਿਹਾ ਵੀਰ ਵੀਡੀਓ ਆਡੀਓ ਸੁਣੀ ਮੈਂ ਵੀ ਵੀਰ ਕੰਨਾ ਗੈਲ ਆਪਣੇ ਯਾਰ ਯੋ ਕੈਲੋ ਵੀਰ ਇਹ ਮਤਲਬ ਬਿਆਨਤ ਸਿੰਘ ਜੇ ਕੱਲ ਕਰਾ ਵੀ ਬਿਆਨ ਸਿੰਘ ਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰੀ ਪਾਰਿਸਾ ਪੋਤਾ ਦੇਖ ਲੈ ਫਿਰ ਚੰਦ ਚੜਾ ਰਿਆ ਪਹਿਲਾਂ ਦਾਦੇ ਦਾ ਨੌਰ ਆਸਣ ਕਰ ਤਿਆ ਇੰਜ ਦੀ ਪਾਰਟੀ ਛੱਡ ਗਾ ਉੱਤੇ ਲੰਘ ਗਿਆ ਇਹ ਵੀ ਦੇਖ ਲੈ ਵੀ ਜੋ ਚੱਕਰ ਪੈ ਗਿਆ ਚਲੋ ਖੈਰ ਦੇਖਣਾ ਹੋਵੇਗਾ ਬਾਕੀ ਕਹਿ ਲਓ ਵੀ ਸਵਾਦ ਲਿਆ ਤਾਂ ਬੈਂਸ ਨੇ ਇਸ ਤਰ੍ਹਾਂ ਦੀਆਂ ਵੀਡੀਓ ਕੱਟ ਕੱਟ ਕੇ ਜਦ ਮੂਰੇ ਰੱਖेंगे ਫਿਰ ਚੱਗੇ ਚੱਗੇ ਕੰਨ ਖੁੱਲਣਗੇ ਫਿਰ ਬਾਕੀ ਚਲੋ ਦੇਖੋਗਾ ਕਿਆ ਬਣੇਗਾ ਆ ਰਿੱਧਰ ਸਗਵਾਲ ਘੇਰਾ ਕਰ ਰਿਹਾ ਚੰਗਾ ਹੋਇਆ ਨਾ ਗੋਲਡੀ ਪਾਰਟੀੋਂ ਨਿਕਲ ਗਿਆ ਚੰਗਾ ਤਾਂ ਹੋਣਾ ਵੀਰ ਟਿਕਟ ਤੈਨੂੰ ਮਿਲ ਗਈ ਤੇ ਚੰਦਾ ਹੀ ਹੋਣਾ ਮੈਂ ਹੀ ਨਿਕਲਦਾ ਫਿਰ ਵੀ ਇਸਨੇ ਫਾਰੀਆਂ ਪੇਟਾਂ ਦੇ ਖਾਤੇ ਤੋੜਦੀਆਂ ਦੀਆਂ ਥਾਨੂੰ ਤਾਂ ਜੋਹੀ ਹੋਣਾ ਤੇ ਗੋਲਟੀ ਦੇ ਪੁਆਣੀਆਂ ਪੁਆਣੀਆਂ ਇਹ ਚਲੋ ਇਹੋ ਤਾਂ ਕਲੀਅਰ ਹੋ ਗਿਆ ਵੀ ਗੋਲਟੀ ਪੁਆੰਦਾ ਨਹੀਂ ਗਾਣ ਗੋਟਾਂ ਇਸ ਕਰਕੇ ਵੀ ਚੰਗਾ ਕਹਿ ਸਕਾਂ ਚਲੋ ਖੈਰ ਲਾਡਾ ਡਿਸਕਸ਼ਨ ਰਿਡੀ ਪ੍ਰੋਗਰਾਮ ਕਿਉਂ ਜੀ ਵਾਜ ਗਿਆ ਮ बढ़िया ਖਬਰਾਂ ਥਾਰੇ ਖਾਤਰ ਆਜ ਨਿਊਜ਼ ਵਾਲਾ ਮਹਾਰਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਰ আর Instagram ਕੇ ਉੱਪਰ ਵੀ ਮੇਰਾ ਅਕਾਊਂਟ ਹੈ TikTok ਕਨੇਡਾ ਵਾਲਿਆਂ ਵਾਸਤੇ ਆਰ ਫੇਸਬੁਕ ਪੇਜ ਨੂੰ ਵੀ ਥਮ ਜ਼ਰੂਰ ਲਾਈਕ ਕਰੋ ਆ ਰਿਓ ਖਬਰ ਇਸਤਰੀ ਥਾਰੇਗਾ ਐਵਰੀ ਡੇ ਮੈਂ ਅਪਡੇਟ ਕਰਦਾ ਰਹਾਂਗਾ ਇਹ ਲਾਡੇ ਪਵਦੀਨ ਦੋ ਜਸਤ ਸਾਰਿਆਂ ਨੂੰ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ